ਲੋਕ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਸਿਆਸੀ ਮੈਦਾਨ ਭਖਣਾ ਸ਼ੁਰੂ ਹੋ ਚੁੱਕਿਆ ਹੈ ਔਰ ਇਸ ਦੇ ਨਾਲ ਹੀ ਅਫਵਾਹਾਂ ਅਤੇ ਚਰਚਾਵਾਂ ਵੀ ਲਗਾਤਾਰ ਜ਼ੋਰ ਫੜ ਰਹੀਆਂ ਨੇ। ਅੱਜ ਗੱਲ ਕਰਾਂਗੇ ਉਸ ਚਰਚਾ ਦੀ ਜੋ ਬੀਤੇ ਕੱਲ੍ਹ ਤੋਂ ਲਗਾਤਾਰ ਜ਼ੋਰ ਫੜ ਰਹੀ ਹੈ, ਬਲ ਫੜ ਰਹੀ ਹੈ, ਔਰ ਇਹ ਚਰਚਾ ਹੈ ਗੁਰਜੀਤ ਔਜਲਾ ਦੇ ਬਾਰੇ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਭਾਜਪਾ ਜਾ ਰਹੇ ਨੇ। ਇਹ ਚਰਚਾ ਬੀਤੇ ਕੱਲ੍ਹ ਤੋਂ ਲਗਾਤਾਰ ਜ਼ੋਰ ਫੜ ਰਹੀ ਹੈ, ਮੀਡੀਆ ਦੇ ਵਿੱਚ ਵੀ ਖਬਰਾਂ ਆ ਰਹੀਆਂ ਨੇ, ਪਰ ਗੁਰਜੀਤ ਔਜਲਾ ਇਸ ਬਾਰੇ ਕੀ ਕਹਿੰਦੇ ਨੇ? ਕਿਉਂਕਿ ਇਸ ਚਰਚਾ ਨੂੰ ਬਲ ਉਦੋਂ ਵੀ ਮਿਲਿਆ ਜਦੋਂ ਗੁਰਜੀਤ ਔਜਲਾ ਦੇ ਗਰੀਬੀ ਸਾਥੀ ਰਵਨੀਤ ਬਿੱਟੂ, ਜੋ ਕਿ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਨੇ, ਉਹ ਭਾਜਪਾ ਦਾ ਪੱਲਾ ਫੜਦੇ ਨੇ। ਤਾਂ ਇਹ ਚਰਚਾਵਾਂ, ਇਹ ਖਬਰਾਂ, ਇਹ ਅਫਵਾਹਾਂ ਹੋਰ ਵੀ ਜ਼ਿਆਦਾ ਜ਼ੋਰ ਫੜਦੀਆਂ ਨੇ ਇਸ ਤੋਂ ਬਾਅਦ, ਪਰ ਗੁਰਜੀਤ ਔਜਲਾ ਇਸ ਬਾਰੇ ਕੀ ਕਹਿੰਦੇ ਨੇ? ਕੀ ਸੱਚਾਈ ਹੈ ਇਹਨਾਂ ਖਬਰਾਂ 'ਚ ਕਿ ਤੁਸੀਂ ਭਾਜਪਾ ਦਾ ਪੱਲਾ ਫੜ ਰਹੇ ਹੋ? ਮੈਂ ਮੋਂਗਾ ਜੀ, ਮੈਂ ਬੜੀ ਸਪਸ਼ਟ ਤਰੀਕੇ ਨਾਲ ਤੁਹਾਨੂੰ ਦੱਸ ਚੁੱਕਾ ਹੈ ਕਿ ਇਹ ਜਿਹੜੀ ਇੱਕ ਫਿਰਕਾ ਪ੍ਰਸਤ ਸੋਚ ਹੈ ਉਹਦੇ ਵਿਰੁੱਧ ਕਾਂਗਰਸ ਪਾਰਟੀ ਇੰਡੀਆ ਲਾਈਨ ਜਿਹੜਾ ਤਾਕਤ ਦੇ ਨਾਲ ਲੜਾਈ ਲੜ ਰਿਹਾ। ਇਹ ਪਾਰਟੀ ਨੂੰ ਉੱਥੋਂ ਇੱਕ ਜਿਹੜਾ ਬੈਟਲ ਫੀਲਡ ਹੁੰਦਾ ਹੈ ਉਹ ਬਰਾਬਰ ਰੱਖਣਾ ਹੁੰਦਾ ਇਹਨਾਂ ਨੇ, ਉੱਥੇ ਸਾਡੇ ਸਾਰੇ ਜਿਹੜੇ ਅਕਾਊਂਟ ਹੈ ਉਹ ਸੀਜ਼ ਕਰ ਦਿੱਤੇ ਗਏ ਨੇ ਕਾਂਗਰਸ ਪਾਰਟੀ ਦੇ, ਤਾਂ ਕਿ ਪ੍ਰਚਾਰ ਨਾ ਕਰ ਸਕੇ। ਇੱਕ ਮੁੱਖ ਮੰਤਰੀ ਨੂੰ ਅੰਦਰ ਦੇ ਦੇਣਾ ਫੜ ਕੇ ਇਲੈਕਸ਼ਨ ਦੇ ਸਮੇਂ ਦੇ ਵਿੱਚ, ਅਜਿਹੀਆਂ ਚੀਜ਼ਾਂ ਨੇ ਉਹਦੇ ਨਾਲ ਦੀ ਨਾਲ। ਫਿਰ ਜਿਹੜੇ ਵੱਡੇ ਜਗ੍ਹਾ ਨੇ ਪੰਜਾਬ ਦੇ ਵਿੱਚ, ਇਹਨਾਂ ਨੂੰ ਪਤਾ ਹੈ ਕਿ ਜਿਵੇਂ ਸ਼੍ਰੀ ਹਰਿਮੰਦਰ ਸਾਹਿਬ ਹੈ, ਅਕਾਲ ਤਖਤ ਸਾਹਿਬ ਹੈ, ਅਨੰਦਪੁਰ ਸਾਹਿਬ ਦਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੈ, ਕਿ ਉਹ ਵੱਡੀਆਂ ਸੀਟਾਂ ਨੇ, ਦਮਦਮਾ ਸਾਹਿਬ ਹੈ, ਇਹਨਾਂ ਤਖਤਾਂ ਦੇ ਉੱਤੇ ਇਹਨਾਂ ਦੀ ਨਿਗਾਹ ਹੈ ਕਿਸੇ ਤਰੀਕੇ ਨਾਲ, ਕਿ ਇੱਥੇ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਕਾਬਜ਼ ਹੋ ਜਾਈਏ। ਪਰ ਇਹਦੇ ਵਾਸਤੇ ਤੁਹਾਨੂੰ ਸੈਕੂਲਰ ਸੋਚ ਬਣਾਉਣੀ ਪਊਗੀ, ਤੁਹਾਨੂੰ ਸਾਂਝੀਵਾਲਤਾ ਦੇ ਸੰਦੇਸ਼ ਦੇ ਨਾਲ ਚੱਲਣਾ ਪਊਗਾ। ਪਰ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਖਬਰਾਂ ਫੈਲਾ ਰਹੇ ਜੇ ਕਿ ਬੰਦੇ ਦੀ ਕਰਤਾਰਗੁਸ਼ੀ ਕਰਨੀ, ਇਹ ਗਲਤ ਚੀਜ਼ਾਂ ਨੇ, ਇਹ ਸੰਵਿਧਾਨ ਦੇ ਉਲਟ ਹੈ। ਸੋ ਮੈਂ ਇਹਦੀ ਨਿੰਦਿਆ ਕਰਦਾ, ਇਹਦਾ ਮੈਂ ਖੰਡਨ ਕਰਦਾ ਇਹਨਾਂ ਖਬਰਾਂ ਦਾ, ਕਿ ਇਹਨਾਂ ਖਬਰਾਂ ਦੇ 'ਤੇ ਜਾਣ ਤੋਂ ਪਹਿਲਾਂ ਕੋਈ ਵੀ, ਚਾਹੇ ਮੀਡੀਆ ਹਾਊਸ ਹੈ ਚਾਹੇ ਪੱਤਰਕਾਰ ਵੀਰ ਹੈ, ਉਹਨਾਂ ਨੂੰ ਇਹਦੀ ਪੁਸ਼ਟੀ ਕਰ ਲੈਣੀ ਚਾਹੀਦੀ ਹੈ। ਪਰ ਕੱਲ੍ਹ ਤੋਂ ਮੇਰੇ ਨਾਲ ਕਿਸੇ ਨੇ ਪੁਸ਼ਟੀ ਨਹੀਂ ਕੀਤੀ, ਮੈਂ ਤਾਂ ਜਦੋਂ ਵੇਖਦਾ ਹਾਂ ਕਦੀ ਕਿਸੇ ਚੈਨਲ 'ਤੇ ਖਬਰ ਚੱਲਦੀ, ਕਦੀ ਕਿਸੇ 'ਤੇ, ਜਦਕਿ ਇਹ ਕਿਆਸ ਰਾਈਆਂ ਜਿਹੜੀਆਂ ਨੇ ਇਹ ਗਲਤ ਹੁੰਦੀਆਂ ਨੇ। ਇਹ ਤਾਂ ਫਿਰ ਇੰਝ ਹੀ ਲੱਗਦਾ ਕਿ ਜਿਵੇਂ ਜਿਹੜੀ ਸੱਤਾ ਧਿਰ ਹੈ ਜਿਹੜੀ ਲੈ ਕੇ ਜਾਣਾ ਚਾਹੁੰਦੀ ਕਿਸੇ ਵੀ ਕੈਂਡੀਡੇਟ ਨੂੰ, ਉਹਦਾ ਫੇਲੀਅਰ ਹੈ ਬਹੁਤ ਵੱਡਾ ਵਿਕਾਸ ਦੇ ਨਾਂ ਦੇ ਉੱਤੇ। ਉਹਨਾਂ ਨੂੰ ਪਤਾ ਕਿ ਇਲੈਕਸ਼ਨਾਂ ਨਹੀਂ ਲੜੀਆਂ ਜਾਣੀਆਂ, ਜੇ ਉਹ ਜਿੱਤ, ਜੇ ਉਹ ਅੰਮ੍ਰਿਤਸਰ ਜਿੱਤਦੇ ਹੋਣ ਤਾਂ ਕਿਸੇ ਵਰਕਰ ਨੂੰ ਇੱਥੋਂ ਲੋਕਲ ਨੂੰ ਟਿਕਟ ਦੇਣ, ਤਾਂ ਕਿ ਉਹ ਲੋਕਲ ਬੰਦਾ ਤੁਹਾਡੀ ਪਾਰਟੀ ਦੇ ਨਾਂ 'ਤੇ ਜਿੱਤਣਾ, ਤੁਹਾਡੇ ਦੇ ਮੋਦੀ ਸਾਹਿਬ ਦੇ ਨਾਂ 'ਤੇ ਜਿੱਤਣਾ, ਤਾਂ ਫਿਰ ਘਬਰਾਹਟ ਕਿਸ ਗੱਲ ਦੀ? ਤੁਸੀਂ ਆਪਣੀ ਇਲੈਕਸ਼ਨ ਆਪ ਲੜੋ। ਪਰ ਅੱਜ ਕਿਹਨੂੰ ਦੋਸ਼ੀ ਠਹਿਰਾ ਰਹੇ ਉਹਨਾਂ ਅਫਵਾਹਾਂ ਲਈ ਇਹਨਾਂ ਚਰਚਾਵਾਂ? ਦੇਖੋ, ਜੇ ਤਾਂ ਜਾਂ ਤਾਂ ਫਿਰ ਇਹਦੀ ਇਨਕੁਆਇਰੀ ਹੋ ਜੇ ਵੀ ਇਹ ਖਬਰਾਂ ਕਿੱਥੋਂ ਨਿਕਲੀਆਂ ਅਤੇ ਕੌਣ ਗਿਆ, ਉਹ ਤੁਹਾਨੂੰ ਪਤਾ ਸਪਸ਼ਟ ਹੋਣੀ ਨਹੀਂ ਗੀ। ਅਤੇ ਇਹਦਾ ਫਾਇਦਾ ਕਿਹਨੂੰ ਹੋ ਰਿਹਾ ਇਸ ਚੀਜ਼ ਦਾ? ਜੇ ਅੱਜ ਕਰਤਾਰਗੁਸ਼ੀ ਕੀਤੀ ਜਾਂਦੀ ਹੈ, ਜੇ ਗਲਤ ਅਫਵਾਹ ਫੈਲਾਈ ਜਾਂਦੀ ਹੈ, ਨੁਕਸਾਨ ਕਿਸ ਚੀਜ਼ ਦਾ ਹੈ? ਅੱਜ ਲੋਕਾਂ ਦੇ ਮਨ 'ਚ ਦੁਸ਼ਟੀ ਪੈਦਾ ਹੁੰਦੀ ਹੈ। ਇਹ ਸਭ ਦੇ ਪਿੱਛੇ ਮਨਸ਼ਾ ਕੀ ਹੈ? ਮਨਸ਼ਾ ਇਹ ਹੈ ਕਿ ਕਿਸੇ ਬੰਦੇ ਦਾ, ਮਤਲਬ ਤੁਸੀਂ ਲੋਕਾਂ ਦੇ ਮਨ 'ਚ ਦੁਸ਼ਟੀ ਪੈਦਾ ਕਰ ਦਿਓ। ਸੋ ਇਹਦੇ ਨਾਲ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਕਿ ਸਾਡਾ ਜਿਹੜਾ ਕੰਮ, ਕਹਿਣਾ ਚਾਹੁੰਦਾ ਕਿ ਸੋਚੀ ਸਮਝੀ ਸਾਜ਼ਿਸ਼ ਹੈ, ਮੰਨਣਾ ਤਾਂ ਇਹੀ ਪਏਗਾ, ਨਹੀਂ ਤਾਂ ਮੇਰਾ ਤਾਂ ਕੋਈ ਰੋਲ ਹੀ ਨਹੀਂ ਹੈਗਾ, ਨਾ ਮੇਰੇ ਨਾਲ ਕੋਈ ਗੱਲ ਚੱਲੀ, ਨਾ ਕੋਈ ਬਾਤ ਹੋਈ ਹੈ। ਮੈਂ ਕਦੀ ਦਿੱਲੀ ਬਹਿ ਜਾਂਦਾ, ਮੈਂ ਆਪਣੇ ਇਲਾਕੇ ਹਲਕੇ 'ਚੋਂ, ਨਾ ਅੱਜ ਵੀ ਮੈਂ ਦਿੱਲੀ ਬੈਠਾ, ਲੋਕਾਂ ਮੀਡੀਆ ਮੁਤਾਬਕ ਕੱਲ੍ਹ ਵੀ ਮੈਂ 4 ਵਜੇ ਦਿੱਲੀ ਸਾਂ। ਪਰ ਇਹ ਚਰਚਾ ਕਾਫੀ ਦਿਨਾਂ ਤੋਂ ਹੈ, ਰਵਨੀਤ ਬਿੱਟੂ, ਜਸਵੀਰ ਸਿੰਘ ਡਿੰਪਾ ਅਤੇ ਤੁਹਾਡੀ, ਉਹ ਜਦੋਂ ਰਵਨੀਤ ਬਿੱਟੂ ਭਾਜਪਾ ਜਾਂਦੇ ਤਾਂ ਇਹਨਾਂ ਚਰਚਾਵਾਂ ਨੂੰ ਬਲ ਮਿਲਣਾ, ਜ਼ੋਰ ਫੜਨਾ ਤੈਅ? ਬਿਲਕੁਲ, ਮੈਂ ਚੀਜ਼ ਤੁਹਾਡੀ ਮੰਨ ਸਕਦਾ ਮੋਂਗਾ ਜੀ, ਕੁਦਰਤੀ ਗੱਲ ਹੈ, ਸਾਡਾ ਉਹ ਦੋਸਤ ਸੀ, ਦੋਸਤ ਹੈ, ਦੋਸਤ ਰਹੇਗਾ, ਸਪਸ਼ਟ ਜੀ ਗੱਲ ਹੈ। ਸੱਜਣ ਤਾਂ ਨਹੀਂ ਜਾਂਦੀਆਂ ਹੁੰਦੀਆਂ, ਪਰ ਵਿਚਾਰਧਾਰਾ ਵਿਰੁੱਧ ਅਸੀਂ ਉਹਦੇ ਨਾਲ, ਵਿਚਾਰਕ ਜਿਹੜੇ ਰਾਜਨੀਤਿਕ ਸਾਡੇ ਵਖਰੇਵੇਂ ਉਹ ਰਹਿਣਗੇ, ਉਹ ਅੱਜ ਪਾਰਟੀ ਦੂਜੀ ਚਲੇ ਗਏ, ਪਰ ਸਾਡੇ ਰਾਜਨੀਤਿਕ ਵਖਰੇਵੇਂ ਬਰਕਰਾਰ ਉਸੇ ਤਰੀਕੇ ਨਾਲ ਹੋਏਗਾ। ਜੋ ਸਾਨੂੰ ਇੱਕ ਸੈਕੂਲਰ ਸੋਚ ਦੇ ਨਾਲ ਚੱਲਣਾ ਪੈਣਾ, ਉਹੀ ਗੱਲਾਂ ਅਸੀਂ ਅੱਗੇ ਰੱਖਾਂਗੇ। ਸੋ ਇਹ ਚੀਜ਼ਾਂ ਹੈਲਦੀ ਰਹਿਣੀਆਂ ਚਾਹੀਦੀਆਂ ਨੇ। ਦੇਖੋ, ਇਸ ਅਫਵਾਹਾਂ, ਇਹਨਾਂ ਅਫਵਾਹਾਂ ਜਾਂ ਇਹਨਾਂ ਚਰਚਾਵਾਂ ਦਾ ਕੀ ਲੱਗਦਾ, ਕੀ ਅਸਰ ਪਿਆ ਬੀਤੇ ਕੱਲ੍ਹ ਤੋਂ ਲਗਾਤਾਰ ਚਰਚਾਵਾਂ, ਤੁਹਾਨੂੰ ਪਰੇਸ਼ਾਨ ਕੀਤਾ ਇਹਨਾਂ ਚਰਚਾਵਾਂ? ਨਹੀਂ, ਮੇਰੀ ਗੱਲ ਸੁਣੋ, ਮੈਂ ਤਾਂ ਖੁਸ਼ ਹੁੰਦਾ ਹੈ
ਕਿ ਚਲੋ ਜਿੰਨੇ ਨਹੀਂ ਵੀ ਨਾਂ ਲੈਣਾ ਉਹਦੇ ਤੱਕ ਨਾਂ ਤਾਂ ਪਹੁੰਚਦੇ ਹੀ ਨੇ, ਘੱਟੋ ਘੱਟ ਗੁਰਜੀਤ ਔਜਲੇ ਹੈਗੇ ਆ। ਪਰ ਮੈਂ ਫਿਰ ਵੀ ਕਹੂੰਗਾ ਕਿ ਇਹਦੇ ਨਾਲ ਲੋਕਾਂ ਦੇ ਮਨ 'ਚ ਸਵਾਲੀਆ ਨਿਸ਼ਾਨ ਆਉਂਦੇ, ਲੋਕ ਸਾਨੂੰ ਵਾਰ ਵਾਰ ਫੋਨ ਕਰਦੇ ਆ, ਪ੍ਰੈਸ ਵਾਰ ਵਾਰ ਫੋਨ ਕਰਦੀ। ਮੈਂ ਇੱਕ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਸਾਰੀ ਪ੍ਰੈਸ ਨੂੰ ਇਕੱਠਿਆਂ ਕਰਕੇ, ਉਹ ਮੈਂ ਕਰ ਦਿੱਤੀ, ਬਸ ਇੰਨਾ ਹੀ ਮੇਰਾ ਮਨ ਸੀ। ਇਹਦਾ ਕੀ ਸੋਚਦੇ ਹੋ, ਮੰਨਦੇ ਹੋ ਨੁਕਸਾਨ ਹੋਇਆ ਕਿ ਫਾਇਦਾ ਹੋਇਆ? ਕਿਉਂਕਿ ਚਰਚਾ ਵੀ ਹੁਣ ਟਿਕਟ ਪੱਕੀ ਹੋ ਗਈ, ਪਾਰਟੀ ਦੇ ਮਨ 'ਚ ਕਿਤੇ ਨਾ ਕਿਤੇ ਇਹ ਆਊ ਜੇ ਰਵਨੀਤ ਬਿੱਟੂ ਚਲਾ ਗਿਆ ਅਤੇ ਗੁਰਜੀਤ ਔਜਲੇ ਪਾਰਟੀ ਨੇ। ਮੇਰਾ ਅੱਜ ਵੀ ਬੜਾ ਕਲੀਅਰ ਹੈ, ਜਿਹੜਾ ਬੰਦਾ ਇਲੈਕਸ਼ਨ ਜਿੱਤ ਸਕਦਾ, ਜੇ ਮੇਰਾ ਕੈਂਡੀਡੇਟ ਤੋਂ ਬੈਟਰ ਵੀ ਕੈਂਡੀਡੇਟ ਹੈ, ਮੈਂ ਨਾਲ ਖੜਾ ਹਾਂ ਪਾਰਟੀ ਦੀ। ਅੱਜ ਵੀ ਹੈ, ਕੱਲ੍ਹ ਵੀ ਹੈ, ਪਹਿਲੋਂ ਵੀ ਸੀ। ਸੋ ਇਹ ਪਾਰਟੀ ਦੇ, ਜੇ ਹੁਣ ਫਰਜ਼ ਕਰੋ ਕੋਈ ਜਿੱਤਣ ਵਾਲਾ ਕੈਂਡੀਡੇਟ ਹੋਊਗਾ ਤਾਂ ਮੈਨੂੰ ਕਿਉਂ ਦੇਣੀ ਹੈ ਜੀ, ਮੈਨੂੰ ਗੱਲ ਸਮਝਾਓ। ਪਾਰਟੀ ਨੂੰ ਸੀਟ ਜਿੱਤਣੀ ਚਾਹੀਦੀ ਹੈ, ਸੋ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਹਲੇ ਸੰਭਾਵੀ ਉਮੀਦਵਾਰ ਹੋ, ਜਿੰਨੀ ਦੇਰ ਤੱਕ ਪਾਰਟੀ ਪੱਧਰ 'ਤੇ ਐਲਾਨ ਨਹੀਂ ਹੋ ਜਾਂਦਾ, ਪਰ ਜਿਹੜੇ ਬਾਕੀ ਸੰਭਾਵੀ ਉਮੀਦਵਾਰ ਆ, ਚਾਹੇ ਉਹ ਭਾਜਪਾ ਦੇ ਨੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਜਾਂ ਕੁਲਦੀਪ ਧਾਲੀਵਾਲ, ਤਾਂ ਐਲਾਨੇ ਹੀ ਜਾ ਚੁੱਕੇ ਨੇ। ਪਰ ਖਾਸ ਤੌਰ 'ਤੇ ਮੈਂ ਭਾਜਪਾ ਦੀ ਗੱਲ ਕਰੂੰਗਾ, ਕਿਉਂਕਿ ਬੀਤੇ ਕੱਲ੍ਹ ਵੀ ਕੁਛ ਵੱਖ ਵੱਖ ਪਾਰਟੀ ਦੇ ਆਗੂ ਨੇ ਅਸੀਂ ਗੱਲਬਾਤ ਕੀਤੀ ਹੈ, ਤਾਂ ਇਹਨਾਂ ਦਾ ਇਹ ਕਹਿਣਾ ਕਿ ਲਗਾਤਾਰ ਤੀਸਰਾ ਉਮੀਦਵਾਰ ਭਾਜਪਾ ਵੱਲੋਂ ਪੈਰਾਸ਼ੂਟ ਰਾਹੀਂ ਉਤਾਰਿਆ ਜਾ ਰਿਹਾ ਹੈ। ਬਿਲਕੁਲ, ਇਹ ਤਾਂ ਮੈਂ ਵੀ ਜ਼ਰੂਰ ਕਹੂੰਗਾ। ਦੇਖੋ, ਮੈਨੂੰ ਦੇਖੋ, ਮੈਂ ਪਹਿਲੀ ਗੱਲ ਤਾਂ ਉਹਨਾਂ ਨੂੰ ਵੋਟ ਲੜਨ ਦਾ ਅਧਿਕਾਰ ਹੈ, ਇਲੈਕਸ਼ਨ ਨੂੰ ਲੜ ਸਕਦੇ ਹੈ। ਕੋਈ ਕੋਨਸਟੀਟਿਊਸ਼ਨ ਨੇ ਦਿੱਤਾ, ਅਸੀਂ ਉੱਤੇ ਕਿੰਤੂ ਪਰੰਤੂ ਕਰਨਾ, ਇੱਕ ਵੱਖਰੀ ਗੱਲ ਹੈ। ਪਰ ਇੱਕ ਸਾਡੇ ਸਮਾਜਿਕ ਸ਼ਿਸ਼ਟਾਚਾਰ ਹੈ, ਕੋਈ ਸਮਾਜਿਕ ਪਰੰਪਰਾ ਨੇ, ਕੋਈ ਸਮਾਜ ਨੂੰ ਸਮਝਣ ਦੀਆਂ ਗੱਲਾਂ ਨੇ, ਧਰਾਤਰ ਨੂੰ ਸਮਝਣ ਦੀਆਂ ਗੱਲਾਂ ਨੇ, ਉਹ ਬਿਲਕੁਲ ਉਹਨਾਂ ਦੀ ਡਿਮਾਂਡ ਸਹੀ ਹੈ। ਮੈਂ ਇਸ ਗੱਲ 'ਤੇ, ਮਤਲਬ ਜਿਹੜੇ ਲੋਕਲ ਲੋਕ ਨੇ ਉਹਨਾਂ ਦੇ ਨਾਲ ਸਹਿਮਤ ਹੈ ਕਿ ਦੇਖੋ, ਜੇ ਭਾਰਤੀ ਜਨਤਾ ਪਾਰਟੀ ਨੇ ਇੰਨਾ ਵਿਕਾਸ ਕੀਤਾ, ਇੰਨਾ ਕੰਮ ਕੀਤਾ ਦੇਸ਼ 'ਚ, ਮੋਦੀ ਸਾਹਿਬ ਦਾ ਇੱਕ ਬ੍ਰਾਂਡ ਹੈ, ਤਾਂ ਫਿਰ ਭਾਰਤੀ ਜਨਤਾ ਪਾਰਟੀ ਦੇ ਲੋਕਲ ਕੈਂਡੀਡੇਟ ਨੂੰ ਟਿਕਟ ਕਿਉਂ ਨਹੀਂ? ਫਿਰ ਦੂਸਰੀ ਗੱਲ, ਜਿਹੜੇ ਬੰਦੇ ਤੁਸੀਂ ਲੈ ਕੇ ਆਉਂਦੇ ਜੀ, ਕੀ ਉਹ ਇਹਨਾਂ ਚੀਜ਼ਾਂ ਨੂੰ ਸਮਝ ਪਾਉਂਦੇ ਨੇ ਜ਼ਮੀਨ ਦੇ ਉੱਤੇ ਧਰਾਤਲ ਦੀ ਸਥਿਤੀ ਕੀ ਹੈ? ਸੋ ਇਹ ਚੀਜ਼ਾਂ ਤਾਂ ਵਾਕਈ ਪਾਰਟੀਆਂ ਨੂੰ ਸੋਚਣੀਆਂ ਚਾਹੀਦੀਆਂ ਨੇ। ਹੁਣ ਜਿਹੜਾ ਕੰਮ, ਜਿਸ ਕਾ ਕੰਮ ਉਸੀ ਕੋ ਸਾਜੇ। ਹੁਣ ਇਹਨਾਂ ਕੰਮਾਂ ਵਾਸਤੇ ਘੱਟੋ ਘੱਟ 10 ਸਾਲ ਦਾ ਜ਼ਮੀਨ ਦਾ ਤਜਰਬਾ ਚਾਹੀਦਾ ਕਿ ਜ਼ਮੀਨ 'ਤੇ ਤੁਸੀਂ ਸੰਘਰਸ਼ ਕਰੋ, ਜ਼ਮੀਨ 'ਤੇ ਮੁੱਦੇ ਉਠਾਓ, ਦਫ਼ਤਰ ਖੋਲ੍ਹੋ, ਲੋਕਾਂ ਦੀਆਂ ਮੁਸ਼ਕਲਾਂ ਸੁਣੋ, ਨਿੱਜੀ ਮਸਲੇ ਹੱਲ ਕਰੋ, ਸਮਾਜਿਕ ਮਸਲੇ ਹੱਲ ਕਰੋ, ਲੋਕਾਂ ਦੇ ਨਾਲ ਜੁੜ ਕੇ ਲਓ, ਔਰ ਪੁਰਾਤਨ ਤੁਹਾਡੀਆਂ ਪਹੁੰਚ ਜਿੰਨੀਆਂ ਵੱਡੀਆਂ ਅਪਰੋਚ ਦੱਸੀਆਂ ਜਾਂਦੀਆਂ ਨੇ ਕਿ ਉਸ ਅਪਰੋਚ ਦਾ ਲਾਹਕ ਤੁਸੀਂ ਇਸ ਨਗਰੀ ਨੂੰ ਮਿਲਿਆ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਾਰਟੀ ਨੂੰ ਵੇਖਣੀਆਂ ਚਾਹੀਦੀਆਂ ਨੇ। ਔਰ ਜਿਸ ਵੀ ਕੈਂਡੀਡੇਟ ਨੇ, ਕਿਸੇ ਵੀ ਪਾਰਟੀ ਤੋਂ ਮਤਲਬ ਕੈਂਡੀਡੇਟ ਬਣਨਾ ਹੈ, ਉਹਨੂੰ ਇੱਕ ਤਜਰਬੇ ਦਾ ਹੋਣਾ ਬਹੁਤ ਜ਼ਰੂਰੀ ਹੈ। ਵੈਸੇ ਰਾਬਤਾ ਕਾਇਮ ਕੀਤਾ ਤੁਹਾਡੇ ਨਾਲ ਭਾਜਪਾ ਨੇ ਪਿਛਲੇ ਦਿਨਾਂ? ਮੇਰੇ ਨਾਲ ਕੋਈ, ਮੇਰੇ ਨਾਲ ਯਾਰ ਦੇਖੋ, ਮੈਂ ਤੁਹਾਨੂੰ ਇੱਕ ਗੱਲ ਬੜੀ ਕਲੀਅਰ ਜੀ ਦੱਸ ਦਿਆਂ, ਮੈਂ ਬੜਾ ਸਪਸ਼ਟ ਹੈ ਇਹਨਾਂ ਕੰਮਾਂ 'ਚ। ਮੇਰੇ ਸਾਰਿਆਂ ਨਾਲ ਬਹੁਤ ਸੁਖਾਵੇਂ ਰਿਸ਼ਤੇ ਨੇ, ਭਾਜਪਾ ਨਾਲ ਵੀ ਸੁਖਾਵੇਂ ਰਿਸ਼ਤੇ ਨੇ, ਮੇਰੇ ਆਪ ਨਾਲ ਵੀ ਸੁਖਾਵੇਂ ਰਿਸ਼ਤੇ ਨੇ, ਹਰ ਪਾਰਟੀ ਨੇ, ਕਿਉਂਕਿ ਮੈਂਬਰ ਪਾਰਲੀਮੈਂਟ ਹੈ, ਮੈਂ ਰੱਜ ਕੇ ਕੰਮ ਕੀਤਾ ਇਸ ਗੁਰੂ ਨਗਰੀ ਦਾ। ਪਰ ਜਿੱਥੇ ਪਾਰਟੀ ਦੇ ਨਾਲ ਸਟੈਂਡ ਦੀ ਗੱਲ ਹੈ, ਜਿੱਥੇ ਵਿਚਾਰਧਾਰਾ ਵਖਰੇਵੇਂ ਨੇ, ਉਹ ਪਾਰਲੀਮੈਂਟ ਦੇ ਅੰਦਰ ਵੀ ਰਹੇ ਆ, ਇੱਕ ਸਾਲ ਧਰਨਾ ਵੀ ਲਾ ਕੇ ਰੱਖਿਆ ਕਿਸਾਨੀ ਸੰਘਰਸ਼ ਦੇ ਵਿੱਚ, ਔਰ ਇੱਕ ਸਾਲ ਤੋਂ ਬਾਅਦ ਅੱਜ ਲਗਾਤਾਰ ਪਾਰਲੀਮੈਂਟ ਦੇ ਅੰਦਰ ਅਤੇ ਬਾਹਰ ਇਸ ਫਿਰਕਾ ਪ੍ਰਸਤ ਸੋਚ ਦੇ ਵਿਰੁੱਧ, ਇਸ ਕੋਨਸਟੀਟਿਊਸ਼ਨ ਨੂੰ ਖਤਮ ਕਰਨ ਵਾਲੀ ਸੋਚ ਦੇ ਵਿਰੁੱਧ ਅਸੀਂ ਲਗਾਤਾਰ ਡਟ ਕੇ ਲੜਾਈ ਲੜੀ ਹੈ। ਸੋ ਸਾਡੇ ਕਿਸੇ ਨਾਲ ਸੰਬੰਧ ਹੋਣ ਨਾ ਹੋਣ ਉਹਦਾ ਕੋਈ ਤਲਕ ਨਹੀਂ ਹੈਗਾ, ਅਸੀਂ ਕਾਂਗਰਸ ਪਾਰਟੀ ਦੀ ਸੀਟ ਜਿਹੜੀ ਹੈ ਇਹ ਤੀਸਰੀ ਵਾਰ ਜਿੱਤ ਕੇ ਅੰਮ੍ਰਿਤਸਰ ਦੀ ਕਾਂਗਰਸ ਪਾਰਟੀ ਦੀ ਝੋਲੀ ਪਾਉਣੀ ਹੈ, ਔਰ ਪਾਰਲੀਮੈਂਟ ਦੇ ਵਿੱਚ ਅੰਮ੍ਰਿਤਸਰ ਦੇ ਗੁਰੂ ਨਗਰੀ ਦੇ ਮੈਂਬਰ ਪਾਰਲੀਮੈਂਟ ਬਤੌਰ ਅੰਮ੍ਰਿਤਸਰ ਉਮੀਦਵਾਰ ਕੋਈ ਵੀ ਹੋਵੇ, ਕਿਉਂਕਿ ਸੀਨੀਅਰ ਆਗੂ ਜਿਹੜੇ ਨੇ ਉਹ ਵੀ ਚਰਚਾ ਕਿ ਟਿਕਟ ਦੀ ਦਾਅਵੇਦਾਰੀ ਪੇਸ਼ ਕਰ ਰਹੇ ਨੇ, ਵੱਡੇ ਵਜ਼ੀਰੀਆਂ ਦੇ ਅਹੁਦੇ ਜਿਹੜੇ ਆਨੰਦ ਮਾਣ ਚੁੱਕੇ ਨੇ ਉਹ ਵੀ ਵਿਲਿੰਗ ਨੇ ਕਿ ਲੋਕ ਸਭਾ ਚੋਣ ਲੜਨ। ਮੈਨੂੰ ਅੱਛੀ ਗੱਲ ਮੈਨੂੰ ਲੱਗੀ ਹੈ ਕਿ ਉਹਨਾਂ ਨੇ ਇੱਕ ਅੱਛੀ ਪਿਰਤ ਪਾਉਣ ਜਾ ਰਹੇ ਆ ਕਿ ਇੱਕ ਜਿਹੜਾ ਕੋਈ ਚੰਗਾ ਬੰਦਾ ਹੈ ਉਹਨੂੰ ਟਿਕਟ ਮਿਲਣੀ ਚਾਹੀਦੀ ਆ। ਇਹੀ ਪਿਰਤ ਜਿਹੜੀ ਸਾਡੀ ਕਾਂਗਰਸ ਪਾਰਟੀ ਅੱਗੇ ਲੈ ਕੇ ਜਾਏਗੀ ਕਿ ਹਰ ਸਿਸਟਮ ਦੇ ਵਿੱਚ ਕਾਂਗਰਸ ਪਾਰਟੀ ਡੈਮੋਕ੍ਰੇਟਿਕ ਵੇ ਨਾਲ, ਲੋਕਤੰਤਰ ਤਰੀਕੇ ਦੇ ਨਾਲ ਜਿਹੜਾ ਜਿੱਤਣ ਵਾਲਾ ਉਮੀਦਵਾਰ ਲੈ ਕੇ ਆਏਗੀ ਤੇ ਉਹਨੂੰ ਟਿਕਟ ਕੱਟੀ ਜਾਂਦੀ ਹੈ, ਫਿਰ ਵੀ ਸਪਿਰਿਟ ਕਾਇਮ ਰਹੂ, ਬਿਲਕੁਲ ਇਹ ਕਾਇਮ ਰਹੇਗੀ ਯਾਰ। ਸਪਿਰਿਟ ਤੇ ਗੁਰੂ ਨਗਰੀ ਦੀ ਬਖਸ਼ੀ ਹੋਈ ਹੈ, ਸਪਿਰਿਟ ਕਿਸੇ ਬੰਦੇ ਨੇ ਥੋੜ੍ਹਾ ਦਿੱਤੀ, ਇਸ ਧਰਤੀ 'ਚ ਹੈ, ਇਹ ਪਾਣੀ 'ਚ ਹੈ। ਜਿੱਦਣ ਅਸੀਂ ਪਾਰਲੀਮੈਂਟ 'ਚ ਖੜ੍ਹ ਗਏ ਸਾਂ, ਮੈਂ ਕਿਹੜਾ ਕੋਈ CRP ਦੀ ਜਾਂ ਆਰਮੀ ਦੀ ਟ੍ਰੇਨਿੰਗ ਲੈ ਕੇ ਗਿਆ ਸਾਂ, ਧਰਤੀ ਦਾ ਪਾਣੀ ਸੀ,
ਧਰਤੀ ਦਾ ਕਣ ਕਣ ਸੀ ਸਾਡੇ ਅੰਦਰ, ਤਾਂ ਅੱਜ ਆਪਾਂ ਮੱਥਾ ਲਾ ਲਿਆ ਸੀ ਨਾ ਉੱਥੇ, ਉਹ ਵੱਖਰੀ ਗੱਲ ਹੈ, ਉਹ ਕੀ ਹੋਰ ਚੀਜ਼ ਨਿਕਲ ਆਈ ਦੀ, ਨਹੀਂ ਤਾਂ ਅੱਜ ਤੁਸੀਂ ਮਤਲਬ ਸਵਰਗੀਏ ਨਾਲ ਵੀ ਸੰਬੋਧਨ ਕਰਨਾ ਕਿ ਇੱਥੇ ਸਵਰਗੀਏ ਗੁਰਜੀਤ ਔਜਲਾ ਹੁੰਦੇ ਸੀ, ਉਹ ਉਹਨਾਂ ਦਾ ਆਹ ਹੋ ਗਿਆ ਆਹ ਹੋ ਗਿਆ। ਸੋ ਇਹ ਚੀਜ਼ਾਂ ਸਪਿਰਿਟ ਆ ਸਾਡੀ ਧਰਤੀ ਦੇ ਅੰਦਰ ਨੇ, ਸਾਡੇ ਪੰਜਾਬ ਦੇ ਅੰਦਰ ਨੇ, ਜਿਹਨਾਂ ਲੜਾਈਆਂ ਲੜੀਆਂ ਨੇ ਵੱਡੀਆਂ। ਸੋ ਇਹ ਸਪਿਰਿਟ ਹਮੇਸ਼ਾ ਕਾਇਮ ਰਹੂਗੀ, ਖਾਸ ਕਰ ਜਦੋਂ ਜਦੋਂ ਦੇਸ਼ ਨੂੰ ਜਦੋਂ 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 ਦੇਸ਼ ਨੂੰ ਲੋੜ ਪਈ ਹੈ, ਚਾਹੇ ਅੰਨ ਭੰਡਾਰ ਭਰਨ ਦੀ, ਚਾਹੇ ਆਜ਼ਾਦੀ ਦੇ ਵਿੱਚ। ਇਸ ਵੇਲੇ ਜਿਹੜਾ ਫਿਰਕਾ ਪ੍ਰਸਤ ਤਾਕਤਾਂ ਨੇ ਉਹ ਪੰਜਾਬ 'ਤੇ ਕਾਬੂ ਜਾਣਾ ਚਾਹੁੰਦੀਆਂ ਨੇ, ਉਹਦੇ ਵਾਸਤੇ ਗੁਰਜੀਤ ਔਜਲਾ ਗੈਰ ਫਿਰਕਾ ਪ੍ਰਸਤ ਤਾਕਤਾਂ ਦੇ ਸੈਕੂਲਰ ਸੋਚ ਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਲੜਾਈ ਲੜੂਗਾ। ਅਖੀਰ 'ਤੇ ਗੱਲ ਫਿਰ ਸਾਫ਼, ਟਿਕਟ ਮਿਲੇ ਨਾ ਮਿਲੇ, ਗੁਰਜੀਤ ਔਜਲਾ ਕਾਂਗਰਸ ਪਾਰਟੀ ਦੇ ਵਫ਼ਾਦਰ ਸਿਪਾਹੀ ਰਹੂ? ਬਿਲਕੁਲ ਸਪਸ਼ਟ ਤੌਰ 'ਤੇ ਸੁਣ ਲਓ ਇਹ ਗੱਲ, ਬਿਲਕੁਲ ਇਹ ਨੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਜਿਨ੍ਹਾਂ ਦੀ ਲਗਾਤਾਰ ਬੀਤੇ ਕੱਲ੍ਹ ਤੋਂ ਚਰਚਾ ਸੀ ਕਿ ਉਹ ਭਾਜਪਾ ਦਾ ਪੱਲਾ ਫੜ ਰਹੇ ਨੇ ਜਾਂ ਫੜ ਸਕਦੇ ਨੇ, ਪਰ ਉਹਨਾਂ ਨੇ ਸਾਫ਼ ਕੀਤਾ ਕਿ ਉਹ ਟਿਕਟ ਮਿਲੇ ਜਾਂ ਨਾ ਮਿਲੇ ਉਹ ਕਾਂਗਰਸ ਪਾਰਟੀ ਦੇ ਵਫ਼ਾਦਾਰ ਸਿਪਾਹੀ ਰਹਿਣਗੇ। ਕੈਮਰਾ ਪਰਸਨ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ, PTC ਨਿਊਜ਼, ਅੰਮ੍ਰਿਤਸਰ।